ਬਲਵੰਤ ਗਾਰਗੀ ਦਾ ਰੇਖਾ ਚਿੱਤਰ ਲਿਖਿਆ ਬਲਵੰਤ ਗਾਰਗੀ ਨਹੀਂ ਹੀ ਮੈਂ ਗਾਰਗੀ ਨੂੰ ਬਹੁਤ ਨੇੜੇੋਂ ਜਾਣਦਾ ਉਹਦੀਆਂ ਲਿਖਤਾਂ ਉਹਦੇ ਝੂਠੇ ਵਾਅਦੇ ਤੇ ਉਹਦੀਆਂ ਕਮਜ਼ੋਰੀਆਂ ਨੂੰ ਖੁਰਦਬੀਨ ਨਾਲ ਤੱਕਿਆ ਉਹ ਬਹੁਤ ਸਾਰੇ ਭਲੇਖਿਆਂ ਦਾ ਮਰਕਜ਼ ਹੈ ਉਹਦੇ ਨਾਂ ਨੂੰ ਹੀ ਲਾਓ ਗਾਰਗੀ ਕਿੰਨਾ ਬੋਗਸ ਨਾਮ ਹੈ ਕਿਸੇ ਕੁੜੀ ਦੀ ਨਕਲ ਚਾਪਦਾ ਹੈ ਉਹ ਧੋਖਾ ਦੇਣ ਦੇ ਖਿਲਾਫ ਹੈ ਪਰ ਖੁਦ ਬੜੀ ਆਸਾਨੀ ਨਾਲ ਧੋਖਾ ਖਾ ਜਾਂਦਾ ਹੈ ਉਹ ਸਿਗਰੇਟ ਦਾ ਸ਼ੌਕੀਨ ਨਹੀਂ ਪਰ ਜੇ ਦੂਜਾ ਪੀ ਰਿਹਾ ਹੋਵੇ ਖਾਸ ਤੌਰ ਤੇ ਕੋਈ ਕੁੜੀ ਤਾਂ ਉਹ ਪਸੰਦ ਕਰਦਾ ਹੈ। ਉਹਦੀਆਂ ਲਿਖਤਾਂ 'ਚ ਪਿੰਡੂ ਵਾਤਾਵਰਨ ਹੈ। ਚੋੜਿਆਂ ਲੋਹਾਰਾਂ ਤੇ ਜੱਟਾਂ ਦੇ ਮੁਰਕੇ ਦੀ ਬੋ ਹੈ। ਪਰ ਉਹਨੂੰ ਮਿਲੋ ਤਾਂ ਪੂਰਾ ਬੁਰਜੁਵਾ ਹੈ। ਉਹਦਾ ਕੋਟ ਲੰਡਨ ਦਾ ਹੈ, ਕਮੀਜ਼ ਪੈਰਿਸ ਦੀ, ਜੁੱਤਾ ਡੈਨਮਾਰਕ ਦਾ, ਨੈਕਟਾਈ ਰੋਮ ਦੀ। ਬਿਲਕੁਲ ਵਿਦੇਸ਼ੀ ਸਾਹਿਬ ਜਿਹਦਾ ਪਿੰਡ ਦੇ ਲੋਕਾਂ ਨਾਲ ਦੂਰ ਦਾ ਵੀ ਸਬੰਧ ਨਹੀਂ। ਕਰਜਨ ਰੋਡ ਦੀ ਇੱਕ ਕੋਠੀ ਦੀ ਗੁੱਠ 14 ਘਰ ਹੈ। ਉਹਦੇ ਪਿੱਛੇ ਧੋਬੀਆਂ, ਖਾਨਸਾਮਿਆਂ ਤੇ ਨਾਈਆਂ ਦੀਆਂ ਖੋਲੀਆਂ ਹਨ। ਜਿਨ੍ਹਾਂ ਚੋਂ ਉਹਦੇ ਘਰ ਦਾ ਪੀਲਾ ਦਰਵਾਜ਼ਾ ਚਮਕਦਾ ਹੈ। ਅੰਦਰ ਜਾਓ ਤਾਂ ਸਾਹਮਣੇ ਫੁੱਲਾਂ ਨਾਲ ਸ਼ਿੰਗਾਰਿਆ ਇੱਕ ਖੂਬਸੂਰਤ ਕਮਰਾ ਹੈ। ਫ੍ਰਾਂਸੀਸੀ ਸਟਾਈਲ ਦਾ ਬੂਆ ਤੇ ਰੰਗਦਾਰ ਪਰਦਿਆਂ ਵਾਲੇ ਸ਼ੀਸ਼ੇ ਹਨ। ਇਹ ਕਮਰਾ ਉਹਦੇ ਨੌਕਰ ਦਾ ਹੈ। ਉਹਦਾ ਆਪਣਾ ਕਮਰਾ ਇਸ ਨਾਲੋਂ ਬਹੁਤ ਘਟੀਆ ਹੈ। ਉਹਦੇ ਘਰ 'ਚ ਸਭ ਤੋਂ ਸੁਥਰੀ ਤਾਂ ਉਹਦੇ ਕੰਮ ਕਰਨ ਵਾਲੀ ਮੇਜ਼ ਨਹੀਂ। ਉਹਦੀ ਰਸੋਈ ਹੈ ਇੱਥੇ 1200 ਰੁਪਏ ਦਾ ਬਿਜਲੀ ਦਾ ਚੁੱਲ੍ਹਾ ਹੈ ਪਰ ਕਈ ਵਾਰ ਉਸ ਕੋਲ ਬਿਜਲੀ ਦਾ ਬਿੱਲ ਦੇਣ ਜੋਗੇ ਪੈਸੇ ਨਹੀਂ ਹੁੰਦੇ ਜਿੰਨੀ ਦਿਨੀ ਉਸ ਕੋਲ ਨਵੇਂ ਮਾਡਲ ਦੀ ਵੱਡੀ ਮੋਟਰ ਕਾਰ ਸੀ ਅਕਸਰ ਪੈਟਰੋਲ ਦੇ ਪੈਸੇ ਥੋੜੇ ਰਹਿੰਦੇ ਸੀ ਉਹ ਚੰਗੀ ਚਾਹ ਤੇ ਗੱਲਬਾਤ ਦਾ ਸ਼ੌਕੀਨ ਹੈ ਉਹਦੇ ਘਰ ਹਰ ਵੇਲੇ ਚੁੱਲ੍ਹੇ ਉੱਤੇ ਚਾਹ ਦੀ ਕੇਤਲੀ ਉਬਲਦੀ ਰਹਿੰਦੀ ਹੈ ਲੋਕ ਆਉਂਦੇ ਆ ਚਾਹ ਪੀਂਦੇ ਆ ਨਾਟਕਾਂ ਚਿੱਤਰਕਲਾ ਫਿਲਮ ਤੇ ਰਾਜਸੀ ਅੰਦੋਲਨਾਂ ਤੇ ਬਹਿਸ ਕਰਦੇ ਐ ਚਲੇ ਜਾਂਦੇ ਐ ਆਦਮੀ ਹੈਰਾਨ ਹੁੰਦਾ ਕਿ ਲਿਖਦਾ ਕਿਸ ਵੇਲੇ ਹੋਏਗਾ ਗਾਰਗੀ ਪਹਿਲਾ ਪੰਜਾਬੀ ਲੇਖਕ ਹੈ ਜਿਸ ਉਤੇ ਸੋਹਣੀਆਂ ਕੁੜੀਆਂ ਨੇ ਇਤਬਾਰ ਕੀਤਾ ਆਮ ਤੌਰ ਤੇ ਪੰਜਾਬੀ ਲੇਖਕ ਦੇ ਸੋਹਣੀ ਕੁੜੀ ਦਾ ਘੱਟ ਹੀ ਮੇਲ ਹੁੰਦਾ ਹੈ ਪ੍ਰੋਫੈਸਰ ਪ੍ਰੀਤਮ ਸਿੰਘ ਦੀ ਪਾਰਸਾਈ ਤੋਂ ਸਤਿਆਰਥੀ ਦੀ ਦਾੜੀ ਤੋਂ ਸੇਖੋਂ ਦੇ ਖਜ਼ਾਬ ਤੋਂ ਡਰ ਲੱਗਦਾ ਪਰ ਗਾਰਗੀ ਕੋਲ ਨਾ ਦਾੜੀ ਹੈ ਨਾ ਖਜ਼ਾਬ ਹੈ ਨਾ ਪਾਰਸਾਈ ਹੈ ਉਹ ਜੁੱਤਾ ਘੰਡਾਉਣ ਗਿਆ ਹੁੰਦਾ ਤੇ ਪਿੱਛੇ ਉਹਦੀ ਰਸੋਈ ਚ ਕੁੜੀਆਂ ਚਾਹ ਬਣਾ ਕੇ ਪੀ ਜਾਂਦੀਆਂ ਹਰ ਕੁੜੀ ਆਪਣੇ ਹਲਕੇ ਦੀ ਦੂਜੀ ਸੋਹਣੀ ਕੁੜੀ ਵੱਲ ਇਸ਼ਾਰਾ ਕਰਕੇ ਆਖਦੀ ਹੈ ਤੂੰ ਇਸ ਨਾਲ ਵਿਆਹ ਕਿਉਂ ਨਹੀਂ ਕਰ ਲੈਂਦਾ ਇਸ ਤਰ੍ਹਾਂ ਸਾਰੀਆਂ ਸੋਹਣੀਆਂ ਕੁੜੀਆਂ ਇੱਕ ਇੱਕ ਕਰਕੇ ਵਿਆਈਆਂ ਜਾ ਰਹੀਆਂ ਹਨ ਜੇ ਉਹਨੂੰ ਪੁੱਛੋ ਤੂੰ ਵਿਆਹ ਕਿਉਂ ਨਹੀਂ ਕਰਾਉਂਦਾ ਉਹ ਆਖਦਾ ਮੇਰੇ ਨਾਲ ਕਟਨਾਵਾ ਨਹੀਂ ਹਾਦਸੇ ਹੁੰਦੇ ਜਿਨ੍ਹਾਂ ਕੁੜੀਆਂ ਨੂੰ ਉਸ ਪਿਆਰ ਕੀਤਾ ਜਾਂ ਤੇ ਉਹ ਵਿਆਈਆਂ ਹੋਈਆਂ ਸਨ ਤੇ ਜਾਂ ਵਿਆਈਆਂ ਜਾਣ ਵਾਲੀਆਂ ਉਦੀ ਮੰਸਾ ਵਿੱਚ ਅਪਹੁੰਚ ਦੀ ਖੋਜ ਸੀ ਤੇ ਜਈਏ ਪਹੁੰਚਤੀ ਸੀ ਲਈ ਪ੍ਰੇਮ ਦਾ ਅੰਤ ਦੁਖਾਂਤ ਹੀ ਹੋ ਸਕਦਾ ਸੀ ਉਹਦਾ ਪਹਿਲਾ ਨਾਟਕ ਕੁਆਰਿਟੀ ਸੀ 1943 ਉਹਦੇ ਆਪਣੇ ਅਚੇਤ ਮਨ ਦਾ ਸੱਚਾ ਪ੍ਰਗਟਾਵਾ ਸੀ ਉਹਨੂੰ ਕਦੇ ਗੁੱਸਾ ਨਹੀਂ ਆਉਂਦਾ ਬਰਤਨ ਟੁੱਟ ਜਾਣ ਘਰ 'ਚ ਚੋਰੀ ਹੋ ਜਾਏ ਉਹਦੀ ਪ੍ਰੇਮਿਕਾ ਧੋਖਾ ਦੇ ਜਾਏ ਉਹਨੂੰ ਗੁੱਸਾ ਨਹੀਂ ਚੜਦਾ ਜਿਵੇਂ ਕਿਤੇ ਉਹਦੇ ਵੱਜੂ ਦੇ ਅੰਦਰ ਬਰਫ਼ ਦੀ ਸਿੱਲੀ ਰੱਖੀ ਹੁੰਦੀ ਹੈ ਤੇ ਜੋ ਉਹਦੇ ਗੁੱਸੇ ਦੇ ਤਾਪਮਾਨ ਨੂੰ ਰੋਕੀ ਰੱਖਦੀ ਹੈ ਉਹਨੂੰ ਕੋਈ ਗੱਲ ਆਖੋ ਉਹ ਮੰਨ ਜਾਏਗਾ ਅੱਜ ਇੰਡੀਆ ਗੇਟ ਨਹੀਂ ਲੋਧੀ ਦੇ ਮਕਬਰੇ ਚੱਲਾਂਗੇ ਉਹ ਆਖੇਗਾ ਅੱਛਾ ਉਹਦਾ ਬਾਬਰ ਜੀ ਕਹੇਗਾ ਸਾਹਿਬ ਕarele ਬਾਜ਼ਾਰ ਚ ਨਹੀਂ ਮਿਲਦੇ ਅੱਜ ਕਦੂ ਬਣੇਗਾ ਗਾਰਗੀ ਨੂੰ ਕਦੂ ਤੋਂ ਸਖਤ ਨਫ਼ਰਤ ਹੈ ਪਰ ਉਹ ਮੁਸਕਰਾਏਗਾ ਅੱਛਾ ਅੱਜ ਕਦੂ ਬਣਾ ਲੈ ਉਸ ਸ਼ਾਮ ਨੂੰ ਰੋਟੀ ਬਾਹਰ ਹੋਟਲ ਚ ਖਾਏਗਾ ਕੋਈ ਕੁੜੀ ਉਹਨੂੰ ਆਖੇਗੀ ਤੇਰਾ ਘਰ ਤਾਂ ਨੂਰ ਮਹਿਲ ਦੀ ਸਰਾਂ ਹੈ ਇੱਥੇ ਕੋਈ ਪਿਆਰ ਦੀ ਗੱਲ ਕਿਵੇਂ ਕਰ ਸਕਦਾ ਹੈ ਹਰ ਵੇਲੇ ਕੋਈ ਨਾ ਕੋਈ ਲੀਡਰ ਜਾਂ ਲੇਖਕ ਉਤਰਿਆ ਰਹਿੰਦਾ ਗਾਰਗੀ ਉੱਤਰ ਦੇਗਾ ਤੂੰ ਠੀਕ ਆਖਦੀ ਹੈ ਇੱਥੇ ਪਿਆਰ ਦੀ ਗੱਲ ਕਿਵੇਂ ਹੋ ਸਕਦੀ ਹੈ ਤੋਬੀਸ਼ ਕੈਦ ਕਰੇਗਾ ਬਾਉ ਜੀ ਤੁਹਾਡੀ ਕਮੀਜ਼ ਦਾ ਕਾਲਰ ਬੋਦਾ ਸੀ ਕਲ ਫਲਾਉਣ ਨਾਲ ਫਟ ਗਿਆ ਗਾਰਗੀ ਜੀ ਨੇ ਹੁਣੇ 6 ਨਵੀਆਂ ਕਮੀਜ਼ਾਂ ਸਲਵਾਈਆਂ ਹੁੰਦੀਆਂ ਨੇ ਤੋਬੀ ਨੂੰ ਡਾਂਟਣ ਦੀ ਥਾਂ ਹਾਰ ਮੰਨ ਲਏਗਾ ਗਰਮੀਆਂ ਦੀ ਦੁਪਹਿਰ ਜਦੋਂ ਸੁੱਤਾ ਹੋਵੇ ਤੁਸੀਂ ਆ ਧਮਕ ਦਿਓ ਤੇ ਉਹਨੂੰ ਝੰਜੋੜ ਕੇ ਜਗਾਉਂਦੇ ਆਖਦੇ ਉਹ ਬੜੀ ਵਧੀਆ ਫਿਲਮ ਲੱਗੀ ਐ ਦੋ ਲੱਛੀਆਂ ਓਟ ਤੂੰ ਬੋਲਦਾ ਕਿਉਂ ਨਹੀਂ ਰਾਤ ਨੂੰ ਚਿਰਕਾ ਸੁੱਤਾ ਸੀ ਚੰਗਾ ਸੌਂ ਜਾ ਮੈਂ ਚੱਲਦਾ ਮੇਰੇ ਜਗਾਉਣ ਤੇ ਨਰਾਜ਼ ਤਾਂ ਨਹੀਂ ਉਹ ਆਖੇਗਾ ਨਹੀਂ ਤੁਸੀਂ ਸੋਚਦੇ ਹੋ ਕਿਹੋ ਜਿਹਾ ਆਦਮੀ ਹੈ ਇਹਨੂੰ ਕਿਸੇ ਗੱਲ ਤੇ ਰਾਜ਼ੀ ਕਰ ਲਓ ਜਿੱਧਰ ਮਰਜ਼ੀ ਜਾਵੇ ਮੋੜ ਲਓ ਲਚ ਲਚਾ ਜਿਹਾ ਜਿਵੇਂ ਸੱਪ ਦੀ ਕੈਂਚਲ ਹੀ ਹੁੰਦੀ ਹੈ ਜਿਵੇਂ ਜਾਪਾਨੀ ਸਿਲਕ ਦਾ ਮਫਲਰ ਹੁੰਦਾ ਹੈ ਇਹਦੀ ਰੀਡ ਦੀ ਹੱਡੀ ਗਾਇਬ ਹੈ ਕਿਸੇ ਗੱਲ ਉੱਤੇ ਨਹੀਂ ਹਟਦਾ ਕਿਸੇ ਗੱਲ ਉੱਤੇ ਇਸ ਦੀਆਂ ਅੱਖਾਂ ਨਹੀਂ ਭਕਦੀਆਂ ਕਿਹੋ ਜਿਹਾ ਆਦਮੀ ਆਏ ਪਰ ਤੁਸੀਂ ਕਿਸੇ ਦਿਨ ਇਹਨੂੰ ਇਹ ਆਖੋ ਯਾਰ ਅੱਜ ਘਟਿਆ ਚਾਹ ਪੀ ਲੈ ਤਾਂ ਚਮਕ ਕੇ ਆਕੇ ਔਕਾ ਨਹੀਂ ਤੁਸੀਂ ਜ਼ਰਾ ਇਹ ਆਖ ਕੇ ਵੇਖੋ ਚਿਆਗੋ ਦੇ ਨਾਟਕ ਬੜੇ ਸੁਸਤ ਹਨ ਮੈਨੂੰ ਪਸੰਦ ਨਹੀਂ ਤਾਂ ਸ਼ਾਇਦ ਤੁਹਾਨੂੰ ਆਖਦਾ ਏ ਨਿਕਲ ਜਾਓ ਮੇਰੇ ਘਰ ਚੋਂ ਯੂਰਪ ਜਾ ਕੇ ਬਹੁਤੇ ਲੋਕ ਸਾਫ ਬਣ ਜਾਂਦੇ ਆ ਗਾਰਗੀ ਯੂਰਪ ਦੀ ਯਾਤਰਾ ਪਿੱਛੋਂ ਬਹੁਤਾ ਪੰਜਾਬੀ ਬਣ ਗਿਆ ਉਨੇ ਬਹੁਤ ਸਾਰੀਆਂ ਪੰਜਾਬੀ ਗੱਲਾਂ ਬਾਹਰ ਜਾ ਕੇ ਸਿੱਖੀਆਂ। ਪ੍ਰਚੀਨ ਸੰਸਕ੍ਰਿਤ ਨਾਟਕ ਰੂਸ ਦੇ ਰੰਗ ਮੰਚ ਉਤੇ ਦੇਖੇ। ਭਰਤਮੁਨੀ ਦਾ ਨਾਟ ਸ਼ਾਸਤਰ ਲੰਡਨ ਬੈਠ ਕੇ ਪੜ੍ਹਿਆ। ਪੰਜਾਬੀ ਪਿੰਡਾਂ ਦੇ ਲੋਕ ਪਹਿਰਾਵੇਆਂ ਤੇ ਰੰਗਾਂ ਨੂੰ ਪੈरिस ਦੇ ਨਵੇਂ ਫੈਸ਼ਨ ਦੇਖ ਕੇ ਸਰਾਇਆ। ਉਹ ਕਲਾਸਿਕੀ ਸੰਗੀਤ ਦਾ ਆਸ਼ਿਕ ਹੈ। ਨਵੇਂ ਕਲਾ ਭਵਨਾ ਅਜੰਤਾ ਐ ਲੋਰਾ ਦੀਆਂ ਮੂਰਤੀਆਂ ਤੇ ਸਮਕਾਲੀ ਲਲਿਤ ਕਲਾਵਾਂ ਤੋਂ ਚੰਗੀ ਤਰ੍ਹਾਂ ਜਾਣੂ ਹੈ। ਅਕਸਰ ਉਹਦੇ ਘਰ ਪੰਜਾਬ ਦੇ ਪਿੰਡਾਂ ਦੇ ਕਵੀ, ਪੈरिस ਦੇ ਚਿੱਤਰਕਾਰ, ਦੱਖਣੀ ਭਾਰਤ ਦੀਆਂ ਨਰਤਕੀਆਂ, ਬੰਗਾਲ ਦੇ ਪ੍ਰਸਿੱਧ ਐਕਟਰ ਤੇ ਉਰਦੂ ਦੇ ਸਹਿਤਕਾਰ ਆਏ ਰਹਿੰਦੇ ਐ। ਉਹਦਾ ਪਹਿਲਾ ਇਸ਼ਕ ਸੰਗੀਤ ਸੀ ਪਰ ਉਹਦੀ ਮਾਂ ਤਬਲੇਵਾਜੇ ਦੇ ਖਿਲਾਫ ਸੀ। ਉਹ ਕੰਧ ਟੱਪਕੇ ਮਰਾਸੀਆਂ ਦੇ ਘਰ ਜਾਵੜਦਾ ਜਿੱਥੇ ਨੂਰਾਂ ਤੇ ਸੱਦੀ ਮਰਾਸਨ ਢੋਲਕੀ ਉੱਤੇ ਗਾਰੀਆਂ ਹੁੰਦੀਆਂ। ਉਹਦੇ ਕਥਨਾਂ ਅਨੁਸਾਰ ਨੂਰਾਂ ਦੀ ਆਵਾਜ਼ ਐਉਂ ਸੀ ਜਿਵੇਂ ਤੇਲ 'ਚ ਰਸੀ ਹੋਈ ਬਾਂਸਰੀ। ਕੁਦੀ ਮਾਂ ਉਹਨੂੰ ਜ਼ਬਰਦਸਤੀ ਧੂਕੇ ਲੈ ਜਾਂਦੀ। ਘਰ 'ਚ ਇੱਕ ਜੰਗ ਜਾਰੀ ਰਹੀ। ਸੰਗੀਤ ਤੇ ਗਾਲ੍ਹਾਂ ਮੁੱਕੇ। ਉਹਨੂੰ ਸਾਹਿਤ ਨਾਲ ਕੋਈ ਲਗਾਰ ਨਹੀਂ ਸੀ। 16 ਸਾਲ ਦੀ ਉਮਰ 'ਚ ਉਹ ਸੰਗੀਤ ਤੋਂ ਪੂਰੀ ਤਰ੍ਹਾਂ ਤਰੁੰਡ ਲਿਆ ਗਿਆ ਤੇ ਉਹਨੇ ਹਾਰ ਮੰਨ ਲਈ। ਸਾਹਿਤ ਵੱਲ ਤੋਂ ਐਵੇਂ ਹੀ ਆ ਗਿਆ ਜਿਵੇਂ ਕੋਈ ਆਦਮੀ ਦੂਜੇ ਥਾਂ ਵਿਆਹਿਆ ਜਾਏ। ਇਹ ਬਹੁਤੇ ਨਾਟਕ ਤੇ ਕਹਾਣੀਆਂ ਉਦੋਂ ਲਿਖਦਾ ਜਦੋਂ ਕਿਸੇ ਦੀ ਉਡੀਕ 'ਚ ਬੈਠਾ ਹੋਵੇ। ਕੁਆਰਿਟੀਸੀ ਕੁੱਲੂ ਦੀ ਵਾਦੀ 'ਚ ਕਿਸੇ ਦੀ ਉਡੀਕ 'ਚ ਬੈਠਿਆਂ ਲਿਖਿਆ ਸੀ। ਲੋਹਾਕੋਟ ਦਾ ਪਹਿਲਾ ਐਕਟ ਮੁਰਾਦਾਬਾਦ ਸਟੇਸ਼ਨ ਦੇ ਪਲੇਟਫਾਰਮ ਉਤੇ ਗੱਡੀ ਉਡੀਕਦੇ ਲਿਖਿਆ ਸੀ ਇਸ ਤਰ੍ਹਾਂ ਪਤਨ ਦੀ ਬੇੜੀ ਵੀ ਕਕਾਵਾ ਖਾਨੇ 'ਚ ਬੈਠੇ ਲਿਖਿਆ ਸੀ ਆਮ ਤੌਰ ਤੇ ਲੇਖਕ ਕਿਸੇ ਨੂੰ ਉਡੀਕਦੇ ਬੇਬਲ ਹੋ ਜਾਂਦੇ ਆ ਤੇ ਕਮਰੇ 'ਚ ਟਹਿਲਣ ਲੱਗਦੇ ਆ ਗਾਰਗੀ ਆਪਣੀ ਬੇਬਲ ਤਾਨੂੰ ਟਿਕਾਉਣ ਲਈ ਲਿਖਣਾ ਸ਼ੁਰੂ ਕਰ ਦਿੰਦਾ ਹੈ ਉਹ ਭੇੜ ਤੇ ਸ਼ੋਰ 'ਚ ਬੈਠ ਕੇ ਆਰਾਮ ਨਾਲ ਲਿਖ ਸਕਦਾ ਮਸਲਨ ਰੇਲਵੇ ਸਟੇਸ਼ਨ ਰੈਸਟੋਰੈਂਟ 'ਚ ਜਾਂ ਵਿੜੇ 'ਚ ਜਿੱਥੇ ਤੀਵੀਆਂ ਚਰਖੇ ਕੱਤ ਰਹੀਆਂ ਹੋਣ ਤੇ ਗੱਲਾਂ ਕਰ ਰਹੀਆਂ ਹੋਣ ਇਹ ਸ਼ੋਰ ਉਹਦੇ ਮਨ ਦੀ ਪ੍ਰੇਸ਼ਟ ਭومی ਉਤੇ ਇੱਕ ਰੰਗਲਾ ਚਿੱਤਰ ਵਾਹ ਦਿੰਦਾ ਹੈ ਜੇ ਇਕਾਂਤ ਹੋਵੇ ਤਾਂ ਉਹ ਨਹੀਂ ਲਿਖ ਸਕਦਾ ਉਹ ਇਸ ਇਕਾਂਤ ਦੇ ਮੁਕੰਮਲ ਖਮੋਸ਼ੀ ਤੋਂ ਕਬਰਾਂ ਕੀ ਬਾਹਰ ਦੇ ਰੋਲੇ 'ਚ ਸ਼ਾਂਤੀ ਢੂੰਡਦਾ ਹੈ ਬਹੁਤ ਘੱਟ ਲੋਕਾਂ ਨੂੰ ਪਤਾ ਹੈ ਕਿ ਕਾਲਜ ਦੇ ਦਿਨ ਹੀ ਉਹ ਕਵਿਤਾ ਵੀ ਲਿਖਦਾ ਹੁੰਦਾ ਸੀ ਉਸ ਲਗਭਗ 300 ਕਵਿਤਾਵਾਂ ਲਿਖੀਆਂ ਸਨ ਇਹਨਾਂ 'ਚੋਂ ਪੰਜਾਬ ਚੁਣ ਕੇ ਰਵਿੰਦਰਨਾਥ ਠਾਕੁਰ ਕੋਲ ਲੈ ਗਿਆ ਸੀ ਬਹੁਤ ਛਿਰਤੀ ਕੋਈ ਇਸ ਕੱਲ ਦਾ ਫੈਸਲਾ ਨਾ ਕਰ ਸਕਿਆ ਕਿ ਉਰਦੂ 'ਚ ਲਿਖੇ ਜਾਂ ਅੰਗਰੇਜ਼ੀ 'ਚ ਉਦਾਇਮਾਨ ਹੈ ਕਿ ਲੇਖਕ ਨੂੰ ਜ਼ਬਾਨ ਤੇ ਸ਼ਬਦਾਂ ਦੇ ਭਿੰਨ ਭਿੰਨ ਰੂਪਾਂ ਉਤੇ ਪੂਰੀ ਮੁਹਾਰਤ ਚਾਹੀਦੀ ਹੈ ਜਿਵੇਂ ਇੱਕ কুমার ਗਿੱਲੀ ਮਿੱਟੀ ਨੂੰ ਮੋੜ ਕੇ ਜੋ ਸ਼ਕਲ ਚਾਹੇ ਦੇ ਦੇ ਇਸ ਤਰ੍ਹਾਂ ਲੇਖਕ ਵੀ ਆਪਣੇ ਮਾਧਿਅਮ ਨੂੰ ਪੂਰੀ ਖੁੱਲ ਨਾਲ ਰੰਗ ਛਿੱਲ ਕੇ ਉਸ ਤੇ ਨਵੇਂ ਭਾਵ ਉਜਾਗਰ ਕਰ ਸਕੇ ਉਹ ਅੰਗਰੇਜ਼ੀ ਤੇ ਉਰਦੂ 'ਚ ਘਾਟ ਮਹਿਸੂਸ ਕਰਦਾ ਸੀ ਉਸ ਪੰਜਾਬੀ 'ਚ ਲਿਖਣਾ ਇਸੇ ਲਈ ਸ਼ੁਰੂ ਕੀਤਾ ਕਿ ਇਸ ਬੋਲੀ 'ਚ ਉਸ ਆਪਣਾ ਬਚਪਨ ਜੀਵਿਆ ਸੀ ਤੇ ਗਲੀਆਂ ਦੀ ਧੂੜ ਰੂੜੀਆਂ ਦੀ ਬੋਹ, ਚਰੀਆਂ ਤੇ ਪਿਪਲਾਂ ਦੀ ਸੁਗੰਧ ਮਾਣੀ ਸੀ। ਜਦੋਂ ਸਕੁਆਰੀ ટીਸੀ ਬੇਬੇ ਤੇ ਲੋਹਾਕੁੱਟ ਲਿਖੇ ਉਦੋਂ ਤੱਕ ਉਸ ਕੋਈ ਪੰਜਾਬੀ ਪੁਸਤਕ ਨਹੀਂ ਸੀ ਪੜੀ। ਇਸ ਮਾਮਲੇ 'ਚ ਬਿਲਕੁਲ ਅਨਪੜ੍ਹ ਸੀ। ਉਹਨੂੰ ਇਹ ਵੀ ਨਹੀਂ ਸੀ ਪਤਾ ਕਿ ਭਾਈ ਵੀਰ ਸਿੰਘ ਵੀ ਕੋਈ ਕਵੀ ਸੀ। ਉਦੋਂ ਦੀ ਵਰਤਮਾਨ ਪੰਜਾਬੀ ਕਹਾਣੀ ਜਾਂ ਨਾਟਕ ਦੇ ਪੱਧਰ ਦਾ ਉਹਨੂੰ ਕੋਈ ਗਿਆਨ ਨਹੀਂ ਸੀ। ਉਹਦੀਆਂ ਕੁਝ ਕਹਾਣੀਆਂ ਛਪੀਆਂ ਤੇ ਲੇਖਕ ਬਣ ਗਿਆ। ਇਸ ਪਿਛੋਂ ਨੇ ਉਸ ਪੰਜਾਬੀ ਪੜ੍ਹਨੀ ਸ਼ੁਰੂ ਕੀਤੀ। ਨਾਟਕ ਕਾਰਵੀ ਨੂੰ ਹਾਲਾਤ ਨਹੀਂ ਬਣਾਇਆ। ਇਸ ਸਾਲ ਵੱਡੇ ਦਿਨਾਂ 'ਚ ਪ੍ਰੀਤਨਗਰ ਨਾਟਕ ਖੇਡੇ ਜਾਂਦੇ ਸੀ। ਨੌਜਵਾਨ ਮੁੰਡੇ ਕੁੜੀਆਂ ਦੇ ਇੱਕ ਟੋਲੇ ਨੇ ਜੋ ਪ੍ਰੀਤਨਗਰ ਹੀ ਰਹਿੰਦਾ ਸੀ, ਇੱਕ ਨਾਟਕ ਖੇਡਣ ਦੀ ਸਲਾਹ ਪਕਾਈ। ਐਕਟਰ ਐਕਟਰਸ ਸਨ ਹਾਜ਼ਰ ਸਨ ਰੰਗਮંચ 'ਵੀ ਸੀ। ਦਰਸ਼ਕ ਵੀ ਸਨ ਪਰ ਨਾਟਕ ਨਹੀਂ ਸੀ। ਉਹਨਾਂ ਵਿੱਚੋਂ ਇੱਕ ਨੇ ਗਾਰਗੀ ਨੂੰ ਕਿਹਾ ਕਿ ਉਹਦੀ ਜ਼ੁਬਾਨ ਬੜੀ ਠੇਠ ਪਿੰਡੂ ਸੀ। ਕਿਸੇ ਅੰਗਰੇਜ਼ੀ ਨਾਟਕ ਦਾ ਝਟਪਟ ਤਰਜਮਾ ਕਿਉਂ ਨਹੀਂ ਕਰ ਦਿੰਦਾ? ਆਇਰਲੈਂਡ ਦੀ ਪ੍ਰਸਿੱਧ ਨਾਟਕਕਾਰ ਲੇਡੀ ਗ੍ਰੈਗਰੀ ਦੇ ਨਾਟਕ ਨੂੰ ਤਿੰਨ ਘੰਟਿਆਂ ਚ ਉਸ ਪੰਜਾਬੀ ਰੰਗ ਵਿੱਚ ਢਾਲ ਦਿੱਤਾ ਰਾਈ ਦਾ ਪਹਾੜ ਨਾਟਕ ਖੇਡਿਆ ਗਿਆ ਕਾਮਯਾਬ ਰਿਹਾ ਜਿਸ ਵਿੱਚ ਹਰ ਕੋਈ ਉਹਨੂੰ ਆਖਦਾ ਤੇਰੀ ਬੁਲੀ ਬਹੁਤ ਸਵਾਦਲੀ ਹੈ ਨਾਟਕ ਦਾ ਲਿਖਦੇ ਜਿਵੇਂ ਕੋਈ ਆਖੇ ਤੈਨੂੰ ਤਰਨਾ ਆਉਂਦਾ ਟੋਬੇ ਚ ਸਾਡੀ ਗੇਂਦ ਤਾਂ ਕੱਢ ਦੇ ਪੰਜਾਬੀ ਵਿੱਚ ਬਹੁਤੇ ਲੇਖਕ ਨਾਟਕ ਲਿਖ ਕੇ ਦਰਸ਼ਕਾਂ ਤੇ ਖੇਡਣ ਵਾਲਿਆਂ ਨੂੰ ਲੱਭਦੇ ਐ ਗਾਰਗੀ ਨੂੰ ਪ੍ਰੀਤਨਗਰ ਵਿੱਚ ਤੇ ਉਸ ਤੋਂ ਪਿੱਛੋਂ ਵੀ ਖੇਡਣ ਵਾਲੇ ਤੇ ਨਿਰਦੇਸ਼ਕ ਲੱਭਦੇ ਰਹੇ ਉਦੇ ਅਰਧ ਗਿਰਧ ਸਦਾਈ ਐਕਟਰਾਂ ਤੇ ਐਕਟ੍ਰਸਾਂ ਦੀ ਟੋਲੀ ਰਹੀ ਹੈ ਅਕਸਰ ਉਹ ਆਪਣੇ ਨਾਟਕ ਆਪ ਡਾਇਰੈਕਟ ਨਹੀਂ ਕਰਦਾ ਨਾਟਕਲਾ ਤੇ ਨਾਟਕ ਨੂੰ ਰੰਗ ਮੰਚ ਉਤੇ ਮੂਰਤੀਮਾਨ ਕਰਨ ਨੂੰ ਉਹ ਇੱਕ ਬਹੁਤ ਮੁਸ਼ਕਲ ਕਸਬ ਮੰਨਦਾ ਹੈ ਜਿਸ ਲਈ ਕਈ ਸਾਲਾਂ ਦੀ ਸਾਧਨਾ ਤੇ ਸਿੱਖਿਆ ਦੀ ਲੋੜ ਹੈ ਉਹ ਵਿਚਾਰਲੇ ਮੇਲ ਦਾ ਦੁਸ਼ਮਣ ਹੈ ਜਾਂ ਉਹ ਵਧੀਆ ਹੋਟਲ ਚ ਚਾਹ ਪੀਏਗਾ ਜਾਂ ਕਿਸੇ ਟਾਬੇ ਤੇ ਜਾਂ ਕਲਾਸਿਕੀ ਸੰਗੀਤ ਸੁਨੇਗਾ ਜਾਂ ਪਿੰਡੂ ਬੁੱਲੀਆ ਗੱਡੀ 'ਚ ਸਫ਼ਰ ਕਰਨ ਲੱਗਿਆਂ ਵੀ ਉਹ ਦਰਮਿਆਨੇ ਦਰਜੇ 'ਚ ਬੈਠਣ ਤੋਂ ਪਰਹੇਜ਼ ਕਰਦਾ ਹੈ। ਜਾਂ ਸੰਗੀਤ ਸਾਹਿਤ ਤਿੰਨਾਂ 'ਚੋਂ ਵਿਚਾਰਲੇ ਮੇਲ ਨੂੰ ਭੰਡਦਾ ਹੈ। ਉਹ ਕਲਮ ਨਾਲ ਨਹੀਂ ਡਾਂਗ ਨਾਲ ਲਿਖਦਾ ਹੈ। ਕਾਗਜ਼ਾਂ ਦਾ ਵੈਰੀ ਹੈ। ਕਈ ਵਾਰ ਇੱਕ ਸੱਤਰ ਵਿੱਚ ਸਿਰਫ਼ ਚਾਰ ਅੱਖਰ ਹੁੰਦੇ ਆ। ਇੱਕ ਸਫ਼ੇ ਉੱਤੇ ਮਸਾਂ 6-17। ਕਾਗਜ਼ ਦਾ ਦਸਤਾ ਕਦੇ ਨਹੀਂ ਖਰੀਦਦਾ। ਸਦਾ ਰਿੰਮ ਜਾਂ ਦੋ ਰਿੰਮ ਕਾਗਜ਼ ਮੁੱਲ ਲੈਂਦਾ ਹੈ। ਪਹਿਲੋਂ-ਪਹਿਲ ਜਦੋਂ ਆਪਣੀ ਮਾਂ ਤੇ ਨਾਨੀ ਬਾਰੇ ਲੇਖ ਲਿਖੇ ਤਾਂ ਇਹਨਾਂ 'ਚ ਇੱਕ ਕੌੜੀ ਦਲੇਰੀ ਸੀ ਮਾਂ ਨੂੰ ਉਸ ਰਵਾਇਤੀ ਮਾਤਾ ਜੀ ਨਹੀਂ ਬਣਾਇਆ ਸਗੋਂ ਉਸ ਵਿੱਚ ਇਨਸਾਨੀ ਪਿਆਰ ਨਫ਼ਰਤ ਝੂਠ ਤੇ ਕਿਤੇ ਕਿਤੇ ਕਮੀਨਗੀ ਵੀ ਦੀ ਪਾ ਦੇ ਕੇ ਉਹਦਾ ਇੱਕ ਜਿਉਂਦਾ ਜਾਗਦਾ ਪਾਤਰ ਪੇਸ਼ ਕੀਤਾ ਉਹਦਾ ਯਕੀਨ ਹੈ ਕਿ ਜੋ ਚੰਗਾ ਲੇਖਕ ਹੈ ਹਰ ਵੇਲੇ ਇਹ ਸਾਬਤ ਨਹੀਂ ਕਰਦਾ ਕਿ ਮੈਂ ਕਿੰਨਾ ਸੱਚਾ ਦਿਆਵਾਨ ਤੇ ਨਿਗਾਮਨੋਕਾ ਉਸ ਚ ਜੁਰਤ ਹੋਵੇ ਕਿ ਉਹ ਆਪਣੇ ਖੋਟ ਤੇ ਕਮਜ਼ੋਰ ਪਹਿਲੂਆਂ ਉੱਤੇ ਚਾਨਣਾ ਸੁੱਟ ਸਕੇ ਤੇ ਦਸ 10 ਤੋਂ ਵਸਕੀ ਗੁਰਖੀ ਉਨੀਲ ਤੇ ਮੰਟੋ ਵਾਂਗ ਵਾਕ ਸਕੇ ਉਸ ਵੇਲੇ ਮੇਰੇ ਵਿੱਚ ਕਮੀਨਗੀ ਦੀ ਇੱਕ ਝਣਗ ਜਾਗੀ ਮੈਂ ਫੜਾ ਮਾਰਨ ਲੱਗਾ ਮੇਰੇ ਚੀਰ ਖਾਦੀ ਅੱਗ ਬੜਨ ਲੱਗੀ ਹਿਸਾਬ ਕਰਨ ਤੋਂ ਗਾਰਗੀ ਨੂੰ ਡਰ ਲੱਗਦਾ ਨੌਕਰ ਨੂੰ ਪੈਸੇ ਫੜਾ ਦਿੱਤੇ ਜਦੋਂ ਮੁੱਕ ਗਏ ਹੂੜ ਦੇ ਦਿੱਤੇ ਆਪਣੇ ਬੈਂਕ ਨਾਲ ਦੁਕਾਨਦਾਰ ਨਾਲ ਦੋਸਤ ਨਾਲ ਧੋਬੀ ਨਾਲ ਕਦੇ ਹਿਸਾਬ ਨਹੀਂ ਕਰਦਾ ਸਿਰਫ ਪਬਲਿਸ਼ਰ ਨਾਲ ਹਿਸਾਬ ਕਰਦਾ ਤੇ ਮਾਮਲੇ ਨੂੰ ਕਚਹਿਰੀ ਤੱਕ ਲੈ ਜਾਂਦਾ ਮਾਲੀ ਤੌਰ ਤੇ ਉਹ ਕਾਫੀ ਤੰਗ ਰਹਿੰਦਾ ਇਸ ਕਰਕੇ ਨਹੀਂ ਕਿ ਉਸ ਕੋਲ ਪੈਸੇ ਨਹੀਂ ਆਉਂਦੇ ਸਗੋਂ ਇਸ ਲਈ ਕਿ ਉਹਨੂੰ ਖਰਚਣ ਦੀ ਵਿਉਂਤ ਨਹੀਂ ਇੱਕ ਵਾਰ ਉਹਨੂੰ ਕਿਤੇ 15 ਰੁਪਿਆ ਦਾ ਮਨੀ ਆਰਡਰ ਆਇਆ ਉਹ ਘਰ ਨਹੀਂ ਸੀ ਡਾਕਿਆ ਮੁੜ ਗਿਆ ਪੈਸਿਆਂ ਦੀ ਲੋੜ ਸੀ ਉਹ ਟੈਕਸੀ ਲੈ ਕੇ ਉਹਦੇ ਮਗਰ ਗਿਆ ਕਈ ਥਾਵਾਂ ਤੇ ਹੋ ਕੇ ਜਦ ਵੱਡੇ ਡਾਕਖਾਨੇ ਤੋਂ ਉਸ ਮਨੀ ਆਰਡਰ ਵਸੂਲ ਕੀਤਾ ਤਾਂ ਟੈਕਸੀ ਦੇ 12 ਰੁਪਏ 6 ਆਨੇ ਬਣ ਚੁੱਕੇ ਸਨ ਧੰਨਵਾਦ